ਵਿਆਹਾਂ ਸ਼ਾਦੀਆਂ ਅਤੇ ਫੰਕਸ਼ਨਾਂ 'ਤੇ ਜਿਹੜੇ ਆਪਾਂ ਮਠਿਆਈਆਂ ਵੰਡਦੇ ਹਾਂ ਜੀ, ਉਹਨਾਂ ਨੂੰ ਅਸੀਂ ਮਤਲਬ ਇਹ ਰਿਪਲੇਸ ਕਰ ਸਕੀਏ ਇਹਦੇ ਨਾਲ। 20% ਸ਼ਹਿਦ ਹੁੰਦਾ, ਬਾਕੀ ਸਾਰਾ ਉਹਦੇ ਸਿਰਪ ਹੀ ਹੁੰਦਾ ਜੀ, ਅਤੇ ਉਹ ਪ੍ਰੋਬਲਮ ਹੀ ਕ੍ਰੀਏਟ ਕਰਦਾ ਸਾਰੀਆਂ, ਕਿਉਂਕਿ ਸਿਰਪ ਅੱਜ ਕੱਲ੍ਹ ਐਸਾ ਆ ਰਿਹਾ ਵੀ ਉਹ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ ਕੀ ਆ, ਸ਼ਹਿਦ ਆ ਜਾਂ ਕੀ ਆ। ਜ਼ਿਮੀਦਾਰ ਨੂੰ ਚੰਗਾ ਪੈਸਾ ਇਹਦੇ ਵਿੱਚ ਮਿਲ ਜਾਵੇ ਅਤੇ ਅਸੀਂ ਅੱਗੇ ਲੋਕਾਂ ਨੂੰ ਵੀ ਅਵੇਅਰ ਕਰ ਸਕੀਏ, ਲੋਕਾਂ ਨੂੰ ਜਾਗਰੂਕ ਕਰ ਸਕੀਏ, ਲੋਕ ਇਹਦੇ ਨਾਲ ਸਾਡੇ ਨਾਲ ਜੁੜਨ। ਸਾਡਾ ਲੋਕਾਂ ਦਾ ਖਾਣ ਦਾ ਰੁਝਾਨ ਨਹੀਂ ਇਹਦੇ ਵੱਲ ਸਾਡਾ ਵਧਿਆ ਹੈਗੇ, ਅਸੀਂ ਉਸੇ ਨੂੰ ਅੱਗੇ ਵਧਾਉਣ ਦੀ ਖਾਤਰ ਅਸੀਂ ਇਹ ਇੱਕ ਅਸੀਂ ਮਤਲਬ ਉਪਰਾਲਾ ਕਰ ਰਹੇ ਹਾਂ। ਜ਼ਿਮੀਦਾਰ ਨਾਲ, ਹਰ ਪਿੰਡ ਨਾਲ, ਹਰ ਸਾਡਾ ਅਟੈਚਮੈਂਟ ਆ, ਅਸੀਂ ਇਹ ਸ਼ੁਰੂਆਤ ਕਰਾਂਗੇ ਅਤੇ ਮੇਰਾ ਖਿਆਲ ਆ ਵੀ ਸਾਡੇ ਨਾਲ ਬਹੁਤ ਲੋਕ ਸਾਡੇ ਨਾਲ ਜੁੜਨਗੇ ਜੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਨੂਰ ਧਵਨ। ਡਿਪਾਰਟਮੈਂਟ ਆਫ ਹਾਰਟੀਕਲਚਰ ਪੰਜਾਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਕਿ ਕਿਸਾਨਾਂ ਲਈ ਵੀ ਫਾਇਦੇਮੰਦ ਰਹੇਗਾ ਅਤੇ ਆਮ ਲੋਕਾਂ ਲਈ ਵੀ। ਅਤੇ ਕੀ ਉਪਰਾਲਾ ਹੈ, ਆਓ ਉਸ ਸਿਲਸਿਲੇ ਵਿੱਚ ਗੱਲ ਕਰਦੇ ਹਾਂ ਡਾਕਟਰ ਜਗਦੇਵ ਸਿੰਘ ਨਾਲ, ਡਿਪਟੀ ਡਾਇਰੈਕਟਰ ਹਾਰਟੀਕਲਚਰ ਪੰਜਾਬ। ਸਰ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ ਆਇਆਂ, ਵੈਲਕਮ। ਹਾਂਜੀ, ਮੈਂ ਡਾਕਟਰ ਜਗਦੇਵ ਸਿੰਘ, ਡਿਪਟੀ ਬਾਗਬਾਨੀ ਲੁਧਿਆਣਾ। ਅਸੀਂ ਜੋ ਤੁਸੀਂ ਉਪਰਾਲੇ ਦੀ ਗੱਲ ਕੀਤੀ ਹੈ, ਇਹ ਡਾਇਰੈਕਟਰ ਬਾਗਬਾਨੀ ਮੈਡਮ ਸੈਲਿੰਦਰ ਕੌਰ ਜੀ ਦੇ ਆਦੇਸ਼ਾਂ ਮੁਤਾਬਕ, ਉਹਨਾਂ ਦੀ ਰਹਿਨਮਾਈ ਹੇਠਾਂ ਅਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਫਾਰਮਰ ਤੋਂ ਓਰਿਜਨਲ ਸ਼ਹਿਦ ਲੈ ਕੇ ਉਹਦੀ ਪੈਕਿੰਗ, ਵਧੀਆ ਪੈਕਿੰਗ ਬਣਾ ਕੇ ਜ਼ਿਮੀਦਾਰ ਤੱਕ ਪਹੁੰਚਦੀ ਕਰਨ ਦਾ ਉਪਰਾਲਾ ਕਰ ਰਿਹਾ, ਹੈਂਪਰ ਤਿਆਰ ਕਰ ਰਹੇ ਹਾਂ। ਉਹਦੇ ਵਿੱਚ ਇਹ ਜਿਹੜੀ ਸਾਡੀ ਕੋਸਟ ਹੋਊਗੀ, ਇਹ ਤਕਰੀਬਨ ਸਾਡੀ ਇਹ 250 ਤੋਂ ਲੈ ਕੇ 300 ਰੁਪਏ ਦੇ ਵਿੱਚ ਅਸੀਂ, ਸਾਨੂੰ ਇਹ ਜ਼ਿਮੀਦਾਰ ਮਤਲਬ ਅਵੇਲੇਬਲ ਹੋਊਗਾ, ਜੋ ਕਿ ਸ਼ਹਿਦ ਇੱਕ ਐਸੀ ਚੀਜ਼ ਹੈ, ਨਿਊਟ੍ਰੀਸ਼ਨਲ ਵੈਲਿਊ ਹੈ ਇਹਦੀ, ਜਦੋਂ ਬਿਮਾਰੀਆਂ ਦੇ ਪੱਖੋਂ, ਜੇ ਜ਼ਖਮਾਂ ਦੇ ਪੱਖੋਂ, ਜਿੰਨੀਆਂ ਕੁ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਮਤਲਬ ਇਹਦੇ ਵਿੱਚ ਗੁਣ ਨੇ, ਉਹ ਮੈਂ ਦੱਸ ਨਹੀਂ ਮਤਲਬ ਖੁੱਲ੍ਹੇ ਟਾਈਮ ਦੱਸਾਂਗੇ, ਪਰ ਬਹੁਤ ਜ਼ਿਆਦਾ ਗੁਣ ਨੇ ਇਹਦੇ ਵਿੱਚ। ਇਹ ਅਸੀਂ ਆਪਾਂ ਇਹਨੂੰ ਪ੍ਰਫੁੱਲਿਤ ਕਰ ਲੱਗੇ ਹਾਂ, ਮੈਡਮ ਡਾਇਰੈਕਟਰ ਜੀ ਦੇ ਆਦੇਸ਼ਾਂ ਮੁਤਾਬਕ ਅਸੀਂ ਬਹੁਤ ਵਧੀਆ ਅੱਗੇ ਬਦਲਾਉਣ ਲੱਗੇ। ਇਹਦੇ ਵਿੱਚ ਅਸੀਂ ਇੱਕ ਔਰਗੈਨਿਕ ਸ਼ਹਿਦ ਦੇ ਨਾਲ ਅਸੀਂ ਔਰਗੈਨਿਕ ਹਲਦੀ ਵੀ ਥੋੜ੍ਹੀ ਜਿਹੀ ਐਡ ਕਰਾਂਗੇ, ਜਿਸ ਨੂੰ ਜਿੱਦਾਂ ਕਿ ਮੈਂ ਤਾਂ ਇੱਕ ਹੈਂਪਰ ਇਹੋ ਜਿਹਾ ਤਿਆਰ ਕਰਾਂਗੇ, ਵਿਆਹਾਂ ਸ਼ਾਦੀਆਂ ਵੇਲੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਨੇ ਹੁੰਦੇ ਨੇ, ਜਾਂ ਮੈਰਿਜ ਹੁੰਦੀਆਂ, ਜਾਂ ਕਿਸੇ ਦੇ ਕੋਈ ਬਰਥਡੇ ਹੁੰਦਾ ਵਾ, ਉਸੇ ਸਮੇਂ 'ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਨਾਲ ਵੱਧ ਤੋਂ ਵੱਧ ਮਤਲਬ ਜ਼ਿਮੀਦਾਰ ਜੁੜ ਕੇ, ਅਤੇ ਇਹ ਮਤਲਬ ਅਸੀਂ ਬਜਾ ਕੇ ਮਠਿਆਈਆਂ ਦੀ, ਤੁਹਾਨੂੰ ਪ੍ਰੋਬਲਮ ਪਤਾ ਹੀ ਹੈਗਾ, ਅੱਜ ਕੱਲ੍ਹ ਹਰ ਚੌਥਾ ਕੁ ਬੰਦਾ ਸ਼ੂਗਰ ਤੋਂ ਪੀੜਿਤ ਆ ਜੀ, ਉਹਦੇ ਵਿੱਚ ਹਰ ਇੱਕ ਬੰਦਾ ਮਤਲਬ ਸ਼ਹਿਦ ਮਤਲਬ ਮਠਿਆਈ ਨਹੀਂ ਖਾ ਰਿਹਾ, ਹਰ ਇੱਕ ਜਿੱਧਰਲੇ ਪਾਸੇ ਤੁਸੀਂ ਮਰਜ਼ੀ ਦੇਖ ਲਓ, ਅਗਲਾ ਕਹਿੰਦੇ ਫਿੱਕੀ ਚਾਹ ਚਾਹੀਦੀ ਆ, ਤੁਸੀਂ ਇਹਦਾ ਉਹਦੇ ਵਿੱਚ ਉਹਨੂੰ ਅਸੀਂ ਪਰਾਲੇ ਨੂੰ ਕਵਰ ਕਰਨ ਲੱਗੇ, ਅਸੀਂ ਇੱਕ ਬਹੁਤ ਹੀ ਹੈਲਦੀਐਸਟ ਹੈਂਪਰ ਤਿਆਰ ਕਰਨ ਲੱਗੇ ਹਾਂ, ਤਾਂ ਕਿ ਵਿਆਹਾਂ ਸ਼ਾਦੀਆਂ ਅਤੇ ਫੰਕਸ਼ਨਾਂ 'ਤੇ ਜਿਹੜੇ ਆਪਾਂ ਮਠਿਆਈਆਂ ਵੰਡਦੇ ਹਾਂ ਜੀ, ਉਹਨਾਂ ਨੂੰ ਅਸੀਂ ਮਤਲਬ ਇਹ ਰਿਪਲੇਸ ਕਰ ਸਕੀਏ ਇਹਦੇ ਨਾਲ। ਅਤੇ ਦੂਜੀ ਇਹਦੇ ਵਿੱਚ ਹੋਰ ਇਹ ਗੱਲ ਆ, ਇਹਦੇ ਵਿੱਚ ਸਾਡੇ ਜਿਹੜੇ ਫਾਰਮਰ ਨੇ ਸ਼ਹਿਦ ਤਿਆਰ ਕਰਦੇ ਨੇ, ਉਹ ਬਹੁਤ ਓਰਿਜਨਲ ਸ਼ਹਿਦ ਤਿਆਰ ਕਰਾਉਂਦਾ ਜੀ ਉਹਨਾਂ ਕੋਲੋਂ, ਉਹ ਜਦੋਂ ਗਾਹ ਜਾਂਦਾ ਵਾ ਅਤੇ ਉਹਨਾਂ ਨੂੰ ਉਨਾ ਮਤਲਬ ਸਹੀ ਮੁੱਲ ਨਹੀਂ ਮਿਲਦਾ, ਜੇ ਸਾਡੇ ਰਾਹੀਂ ਆਊਗਾ ਅਸੀਂ ਉਨੇ ਕੁ ਦਾ ਤਿਆਰ ਕਰਕੇ ਵਾਜਬ ਕੀਮਤ 'ਤੇ, ਅਸੀਂ ਕਾਫੀ ਵੱਡੇ ਪੱਧਰ 'ਤੇ ਅਸੀਂ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਫਾਰਮਰ ਨੇ ਜਿਹੜੇ ਜੁੜੇ ਹੋਏ ਨੇ, ਅਸੀਂ ਉਹਨਾਂ ਤੋਂ ਪ੍ਰਸ਼ਹਿਦ ਕਰਕੇ ਲੈ ਕੇ ਪਰਚੇਜ ਕਰਕੇ, ਅਸੀਂ ਸਾਡੇ ਨਾਲ ਬਾਗਬਾਨ ਐਸੇ ਜਿਹਨਾਂ ਕੋਲ ਹਲਦੀ ਪੈਦਾ ਕਰਦੇ ਵਿਚਾਰੇ, ਉਹਨਾਂ ਨੂੰ ਕੀਮਤ ਵੀ ਨਹੀਂ ਵਧੀਆ ਮਿਲਦੀ, ਅਸੀਂ ਉੱਦਾਂ ਦੇ ਲੈ ਕੇ ਹੈਂਪਰ ਲਿਆ ਕੇ ਲੋਕਾਂ ਨੂੰ ਇਨੋਵੇਟ ਕਰ ਰਹੇ ਹਾਂ, ਇਨੋਵੇਸ਼ਨ ਦੇ ਵਿੱਚ ਅਸੀਂ ਇੱਦਾਂ ਦੇ ਹੈਂਪਰ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਸਾਡਾ ਇੱਕ ਉਪਰਾਲਾ ਜਿਹਾ ਬਹੁਤ ਵੱਡਾ। ਮੇਰੇ ਨਾਲ ਡਾਕਟਰ ਸਲਵੀਨ ਕੌਰ ਨੇ, ਉਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ, ਅਸੀਂ ਪਹਿਲਾਂ ਵੀ ਥੋੜ੍ਹੇ ਜਿਹੇ ਤਿਆਰ ਕੀਤੇ ਸੀ, ਡਾਇਰੈਕਟਰ ਬਾਗਬਾਨੀ ਜੀ ਦੇ ਰਹਿਨਮਾਈ ਹੇਠ ਅਸੀਂ ਉਹਨਾਂ ਨੂੰ ਉਪਲਬਧ ਕਰਾਏ ਨੇ। ਇਹ ਜਿਹੜੀ ਕੀਮਤ ਹੈ ਇਹਦੇ 250-300 ਬਹੁਤ ਨਿਗੁਣੀ ਜਿਹੀ ਕੀਮਤ ਅੱਜ ਦੇ ਸਮੇਂ 'ਚ, ਕਿਉਂਕਿ ਮਿਠਾਈ ਦਾ ਡੱਬਾ ਤੁਸੀਂ, ਮੈਂ ਤਾਂ ਇਹ ਗੱਲ ਕਹੂੰਗਾ ਵੀ 700-800 ਤੋਂ 1000 ਤੋਂ ਲੈ ਕੇ ਵਧੀਆ ਜੋ ਤੁਸੀਂ ਕਹੋ ਉਹ ਨਹੀਂ ਮਿਲਦਾ ਹੈਗਾ। ਦੂਜੀ ਵੱਡੀ ਗੱਲ ਆ ਜਿਹੜੀ ਸ਼ੂਗਰ ਫ੍ਰੀ ਆ, ਇਹਦੇ ਵਿੱਚ ਸ਼ੂਗਰ ਵਾਲੀ ਕੋਈ ਗੱਲ ਨਹੀਂ, ਹਰੇਕ ਬੰਦਾ ਮਤਲਬ ਡਾਇਬਟੀ ਵਾਲਾ ਵੀ ਪੇਸ਼ੈਂਟ ਇਹ ਲੈ ਸਕਦਾ ਵਾ, ਇਹਦੇ ਨਾਲ ਹੋਰ ਬਿਮਾਰੀਆਂ ਬਹੁਤ ਠੀਕ ਹੁੰਦੀਆਂ ਨੇ। ਇਹ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਜੀ। ਕਿਸਾਨਾਂ ਤੋਂ ਤੁਸੀਂ ਡਾਇਰੈਕਟਲੀ ਪਰਚੇਸ ਕਰੋਗੇ? ਸਾਡੇ ਨਾਲ ਮੈਡਮ ਜੀ, ਸਾਡੇ ਨਾਲ ਬਹੁਤ ਸਾਰੇ ਫਾਰਮਰ ਨੇ ਜੁੜੇ ਹੋਏ ਨੇ, ਅਸੀਂ ਜਿਹੜੇ ਵੀ ਲੋੜ ਮਤਲਬ ਮਦਾਊਗੇ, ਕਿਸੇ ਦਾ ਕੋਈ ਬਹੁਤ ਵਧੀਆ ਵਿਕ ਰਿਹਾ ਤਾਂ ਬਹੁਤ ਵਧੀਆ ਗੱਲ ਆ, ਕੋਈ ਆਪ ਹੀ ਤਿਆਰ ਕਰਕੇ ਵੇਚ ਰਿਹਾ ਪੈਕਿੰਗ ਕਰਕੇ, ਜੇ ਮਤਲਬ ਸਾਡੇ ਨਾਲ ਜੁੜੇ ਹੋਇਆ, ਜਿੱਥੋਂ ਅਸੀਂ ਮਰਜ਼ੀ ਵਧੀਆ ਓਰਿਜਨਲ ਲਵਾਂਗੇ, ਤਕਰੀਬਨ ਫਾਰਮਰ ਸਾਰੇ ਓਰਿਜਨਲ ਲੈਂਦੇ ਕੰਮ ਹੁਣ ਤੱਕ ਆਉਂਦੇ ਆ, ਅਸੀਂ ਉਹਨਾਂ ਤੋਂ ਪਰਚੇਜ ਕਰਕੇ ਅਸੀਂ ਪੈਕਿੰਗ ਤਿਆਰ ਕਰਕੇ ਅਸੀਂ ਛੋਟੇ ਇੱਦਾਂ ਦੇ ਹੈਂਪਰ ਤਿਆਰ ਕਰਕੇ ਅਸੀਂ ਮਤਲਬ ਇਹਨਾਂ ਨੂੰ ਅੱਗੇ ਕੋਸ਼ਿਸ਼ ਕਰ ਰਹੇ ਹਾਂ ਮੈਡਮ। ਅਤੇ ਆਮ ਲੋਕਾਂ ਲਈ ਵੀ ਬਹੁਤ ਵਧੀਆ, ਕਿਉਂਕਿ ਅਕਸਰ ਬਾਜ਼ਾਰ 'ਚ ਖਰੀਦਣ ਜਾਂਦੇ ਹਾਂ ਤਾਂ ਆਰਟੀਫਿਸ਼ਲ ਹਨੀ ਮਿਲਣ ਲੱਗ ਪਈ ਹੈ, ਬਹੁਤ ਖਰਾਬ ਹੈ ਸਿਹਤ ਲਈ, ਓਰਿਜਨਲ ਤਾਂ ਗਾਇਬ ਹੀ ਹੋ ਗਈ ਹੈ, ਅਤੇ ਆਮ ਲੋਕਾਂ ਤੱਕ ਵੀ ਓਰਿਜਨਲ ਸ਼ਹਿਦ ਪਹੁੰਚ ਸਕੇਗਾ ਤੁਹਾਡੇ ਥਰੂ? ਜੀ ਜੀ, ਬਿਲਕੁਲ ਬਿਲਕੁਲ, ਤੁਸੀਂ ਸੁਣਿਆ ਹੀ ਹੋਣਾ ਵਾ, ਮੈਂ ਕਿਸੇ ਦਾ ਨਾਂ ਤਾਂ ਨਹੀਂ ਲੈਂਦਾ, ਉਹਦੇ ਵਿੱਚ ਤਕਰੀਬਨ 20% ਸ਼ਹਿਦ ਹੁੰਦਾ, ਬਾਕੀ ਸਾਰਾ ਉਹਦੇ ਸਿਰਪ ਹੀ ਹੁੰਦਾ ਜੀ,
तो वो प्रॉब्लम ही क्रिएट करता सारिया, क्योंकि सिर्फ अजक ऐसा आ रहा भी वो पता ही नहीं लग रहा है भी की आ शहद है या की आ, वो बहुत ज़्यादा व्डे पद्धर से हो रहा बह के जिमीदार को ओरिजिनल शहद मिल सकता साढ़े नाल जुड़े हुए हैं असी कवर करने की खातर लोगों बाजार चले जाओ तुम छोटा जि 50 ml की लेनी हो मेरे ख्याल 200-250 तो घट नहीं दिता कोई भी जो बच्चे को तो जमा मतलब बच्चा पैदा होंगे कई बार उन्होंने शहद की लड़ पी है वो बाजार चले जाए 50 ml का ज मतलब छोटा जि शीशी होंगी आ 100-150 rupees तो घट नहीं मिलती है। असी कोशिश कर रहे हैं जिमीदार चंगा पैसा ये मिल जाए तो असी अगे लोगों भी अवेयर कर सकी जागरूक कर सके लोग साढ़े न जुड़न तो यू असी प्रफुल करने की असी एक साड़ी एक जिमें हैगा ईट मोर हनी वो शायद साढ़े जो लोग खाते नहीं है जी वो अगर बीमारा देन खंघ वाले देने वास्ते है लोगों को यह नहीं पता ये साढ़े जो शहद आनू ब्रैड ला के सवेरे मॉर्निंग फ्रीज वास्ते खाधा जा सकता ब्रैड के नाल ला के तो ये अलावा जिमें हनी मतलब एक चमचा तो मतलब करो बॉयल करो ग्रीन टी पाओ बच्चे अद्धा चमचा पाओ थोड़ा बहुत वधिया टेस्ट थोड़ा डिवेलप हो जाता शायद ये साडा लोगों का खाण का रुझान नहीं ये वाल साडा वधिया है असी उसे अगे वधाउण दी खातर असी ये एक असी मतलब उपराला कर रहे हैं शायद खावे असी तंदुरुस्त रहांगे दूजी गल वड्डी गल असी मतलब शायद अपनावे तो बागवानी मतलब होर प्रफुल्लित करांगे एक सहायक धंधा लोगों का ये वधूगा लोगों ये चंगी आमदन बढ़ूगी लोगों का जीवन पद्धर उच्चा होगा ये सारे कुछ आस्पैक्ट ये है। ये मैडम बहुत ही साढ़े डायरेक्टर मैडम सुलेंद्र कौर जी ने उन्होंने रहनुमाई हेठ उन्होंने दिते आदेशों मुताबक असं अगे बढ़ रहे हैं जी ये ते किन्ने थोड़े कोल होने वेरिएंट्स तैयार हो गए हैं ते किस तरह लोग इसको खरीद सकते हैं ये काफ़ी तकरीबन असं हजे हाल के तौर पर असं शुरुआत ही कर रहे हैं पिछले जिन्हें का 10-15 असं तैयार किए थे मतलब जिस तरह लोहड़ी के वेले भी वो असं डायरैक्टर लैवल से उत्थे उन्होंने दे दते असं उन्होंने गांह बहुत आपके जिहड़े गिफ्ट देने से वो असं दते हुण असं आपके शुरुआत ही कर रहे हैं तुहाडे नाल ही असं ते असं तैयार करके अगे जिन्ने क वध तों वध होवे क्योंकि साडा भी जिहड़ा दायरा बहुत ज़्यादा वा बागवानी विभाग का हर एक जिमीदार नाल हर पिंड नाल हर साडा अटैचमेंट असी शुरुआत करांगे ते मेरा ख्याल है भी साडे नाल बहुत लोग साडे नाल जुड़नगे जी ते लोकी किवें खरीद सकदे इसनु किस तरह तुहाडे तक पहुंचे देखो जी साडे ब्लाक पद्धर ते बागवानी अफसर आ जदों असी तैयार कर लिया हर एक पद्धर ते असी ब्लाक पद्धर ते जावांगे बागवानी विकास अफसरां नूं इहनूं दस्सांगे भी वह भी मतलब इस विच योगदान पाउणगे भी वध तों वध अवेयर करनगे असीं कैंप ला रहे हां साडे कोल कैंप स्कीमां हुंदियां ने कैंपां ते असीं उचेचे तौर ते नाल लैके जावांगे उहनां नूं दिखावांगे भी आह देखो असीं तैयार कीते आ नैचुरली आ लोकां नूं वधिया लगूगा तां नैचुरली आऊगा जी क्योंकि 250 दे विच तुसीं दस्सो 250 या 300 rupees दे विच इक शीशी भी देनी है शहद तकरीबन पाइया शहद भी देना हल्दी भी देनी है बहुत वधिया चीज़ां जो कोई एक दो चीज़ां असीं कुछ होर भी सोच रहे हैं ऐड करन दी स्टीविया वगैरह दा इदां दा कुछ पा के तो स्टीविया हो गया जिम सुहजना का हो छोटी छोटी पैकिंग वो भी असं ऐड कर सकते हैं ये साडा हजे ट्रायल है जी चल रहा तुहाडे मैं सहयोग नाल असीं इहनूं प्रफुल्लित अग्गे करांगे जी तो मेरा ख्याल है भी इहदों वधिया सस्ता तो कोई हो नहीं सकता है जी किसानां लई किवें लाभदायक होएगा बिल्कुल ही लाभदायक होगा जी जदों जिमीदार साढ़े को आने असं बेची उन्होंने शहद लैके बेचांगे तो अज हूँ एक बार जिमीदार को जिन्ना भी शहद होया वो बेच लाँगे उदू बाद अगले का आजूगा जी साढ़े को असी लोगों का शहद ही लैके बेचांगे उन्होंने शहद बिकूगा जी एक लोगों ने अवेयरनैस भी आजू लोग जा मतलब इनू शहद में जो खाण का लोगों के वधूगा रुझान इस तो अलावा कि स्कूल फार्मर मतलब भी कर रहे हैं वो भी असी पिंड बच्चों जाके शहद बारे जानकारी देवे तो की फायदे ने जिस तरह एक शहद के होर थोड़ा बहुत बड़ी वधिया चीज़ है शहद की ना एक पोलन होंगे जी ये बैग के मैं दस के जो हल्दी हो गया एक पोलन हो गया जी शहद दी मक्खियां ने कट्ठियां कर दियां पैरों नाल पोलन कट्ठे करके लाउंदे जिते जिहड़े बूटे ते जांदियां ने उत्थे फलावर ते वो पोलन कट्ठा करके लाउंदियां जी वो पोलन ब इन्ना क ही वधिया वा वो इम्यूनिटी इन्नी ज़्यादा बंदा एंटीबायोटिक हुंदी आ उहदे नाल बंदे नूं कई प्रॉब्लम आ जिहड़ियां फिजिकली बंदा फिट नहीं हैगा जां सेहत नहीं ठीक बणदी वो भी वो मतलब लैके वो बंदा बहुत वधिया सब तो चीज़ वधिया कहिंदे कई प्रोडक्ट ने जी तो इदा जिवें दसीए थोनों ये शहद हो गया तो पोलन हो गया ये हल्दी हो गई इदा 4-5 चीज़ा पावे मेरा ख्याल है जी बाजार से यदि सही मेहनत कीमत पूछे 1000 तो घट नहीं बनूगा जो कि असं 250-300 के दे सकते जिमीदारों नाची अल्टीमेटली फायदा होगा जी ये मतलब हुण किसानां दे जो शहद आंदा है वो लोकां दे तक गिफ्ट हैम्पर दे थ्रू पहुंचेगा पहले सिर्फ अवैध सी शीशियां दे विच पहुंचदा सीगा हुण वो गिफ्ट दे थ्रू गिफ्ट भी कर सकदे ओ इहनूं असीं प्रफुल्लित कर लगे लोकां नूं भी साडे नाल सहयोग देना चाहिए वध तों वध साडे नाल लोक जुड़न
तो ये बजाए कि असी मठियाइया की बजाय खाइए क्योंकि सेहत लिए मतलब अपने हानिकारक है, पता नहीं की बनता की नहीं, भावें मठियाइया ओरिजिनल भी कितों मिल जाए पर बहुत मठियाइया जीडिया ने अडल्ट्रेशन हुई होंगी वो खोआ जो प्योर नहीं होंगे है तो बचण की खातर सानू सेहत तो मतलब बचण मतलब वधिया सेहत बनाने की खातर तंदुरुस्त रहने की खातर सानू जो हैंपर है सानू बड़ी जरूरत है जिस समय की मौका लोड़ आ असी लोगों नू इहदे नाल जोड़ांगे तुहाडे जरिए भी साडे नाल लोग जोड़नगे तो वध तो वध लोग इहदे नाल भी फायदा लैणगे जी। हाँ जी बहुत बहुत शुक्रिया जगदेव सिंह जी, बहुत वधिया लग्या तुहाडे नाल गल करके, साडे दर्शकां नू सही जानकारी देण लई बहुत बहुत धन्नवाद। ब मैडम थोड़ा भी धन्यवाद, सानू मौका दिता थोड़े जरिए राही साड़ी जिहड़ियां स्कीमां ने जां जिहड़ा है हनी हैंपर है ये लोगों तक पहुँचे वध तो वध साडे लोक लोक नाल साडे नाल संपर्क करन ते जदों भी किसी वेले भी मेरे नाल संपर्क कर सकते ने ते थोड़े जरिए मतलब असीं हाल विच फार्मर दे जिमीदारां दे लोगों के मतलब डिस्पोजल ते हाँ जी, असीं लोक सेवा च बैठे हाँ जी, हर वेले असीं तैयार हाँ जी। हाँ जी ਤੇ ਸੀ ਡਾਕਟਰ ਜਗਦੇਵ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਜੋ ਗਿਫਟ ਹੈਂਪਰਸ ਦੇ ਜ਼ਰੀਏ ਸ਼ਹਿਦ ਤੁਹਾਡੇ ਤੱਕ ਪਹੁੰਚੇਗਾ ਉਹ ਤੁਹਾਡੀ ਸਿਹਤ ਲਈ ਕਿੰਨਾ ਲਾਭਦਾਇਕ ਹੈ ਅਤੇ ਤੁਹਾਨੂੰ ਇਸ ਨੂੰ ਆਪਣੀ ਆਮ ਜ਼ਿੰਦਗੀ ਵਿੱਚ ਵੀ ਵਰਤਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਜਲਦ ਹੀ ਤੁਹਾਡੇ ਤੱਕ ਇਹ ਪਹੁੰਚ ਵੀ ਜਾਏਗਾ। ਹੋਰ ਖਬਰਾਂ ਲਈ ਦੇਖਦੇ ਰਹੋ ਅਮਰਾਮੈਨ ਹਰਵਿੰਦਰ ਦੇ ਨਾਲ ਜਸਨੂਰ ਟਵਿਨ।